ਸਤਿ ਸ਼੍ਰੀ ਅਕਾਲ ਨਮਸਕਾਰ ਆਤ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਕੈਨੇਡਾ ਦਾ ਪ੍ਰੋਸੈਸਿੰਗ ਟਾਈਮ ਡੇ ਬਾਈ ਡੇ ਚੇਂਜ ਹੁੰਦਾ ਜਾ ਰਿਹਾ ਹੈ ਹਰ ਵੀਕ ਇਹਦੇ ਵਿੱਚ ਨਵੀਂ ਅਪਡੇਸ਼ਨ ਆਉਂਦੀ ਹੈ ਤੇ ਲਗਾਤਾਰ ਖਾਸ ਕਰਕੇ ਟੂਰਿਸਟ ਵੀਜ਼ਾ ਵਾਲਿਆਂ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਦੂਜੇ ਪਾਸੇ ਵਰਕ ਪਰਮਿਟ ਦਾ ਜਿਹੜਾ ਹੈ ਉਹਦਾ ਵੀ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਵੱਧ ਰਿਹਾ ਹੈ ਪਰ ਫਿਲਹਾਲ ਦੀ ਗੱਡੀ ਥੋੜਾ ਜਿਹਾ ਇੱਕ ਜਗ੍ਹਾ ਦੇ ਉੱਤੇ ਰੁਕਿਆ ਹੋਇਆ ਨਜ਼ਰ ਆ ਰਿਹਾ ਹੈ ਅੱਜ ਗੱਲ ਆਪਾਂ ਕਰਨੀ ਹੈ ਹਰ ਇੱਕ ਕੈਟਾਗਰੀ ਦੇ ਪ੍ਰੋਸੈਸਿੰਗ ਟਾਈਮ ਬਾਰੇ ਭਾਵੇਂ ਤੁਸੀਂ ਵਰਕ ਪਰਮਿਟ ਲਗਾ ਰਹੇ ਹੋ ਭਾਵੇਂ ਤੁਸੀਂ ਟੂਰਿਸਟ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹੋ ਭਾਵੇਂ ਤੁਸੀਂ ਸੁਪਰ ਵੀਜ਼ਾ ਅਪਲਾਈ ਕਰ ਰਹੇ ਹੋ ਜਾਂ ਤੁਸੀਂ ਸਟੱਡੀ ਪਰਮਿਟ ਅਪਲਾਈ ਕੀਤਾ ਤੁਹਾਡੇ ਸਾਰੇ ਵਾਸਤੇ ਇੰਪੋਰਟੈਂਟ ਵੀਡੀਓ ਹੈ ਭਾਵੇਂ ਇੰਡੀਆ ਤੋਂ ਫਾਈਲਿੰਗ ਕੀਤੀ ਆ ਪਾਕਿਸਤਾਨ ਤੋਂ ਕੀਤੀ ਦੁਬਈ ਤੋਂ ਫਾਈਲਿੰਗ ਕੀਤੀ ਸਿੰਗਾਪੁਰ ਤੋਂ ਫਾਈਲਿੰਗ ਕੀਤੀ ਆ ਆਸਟ੍ਰੇਲੀਆ ਜਾਂ ਯੂਕੇ ਤੋਂ ਫਾਈਲਿੰਗ ਕੀਤੀ ਹੈ ਤਾਂ ਵੀ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਉਹਨਾਂ ਕੰਟਰੀਜ਼ ਤੋਂ ਵੀ ਕਿੰਨਾ ਸਮਾਂ ਲੱਗ ਰਿਹਾ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਕੀਤੀ ਹੈ ਉਹ ਵੀ ਅਸ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਹ ਜਿੰਨਾ ਵੀ ਪ੍ਰੋਸੈਸਿੰਗ ਟਾਈਮ ਹੋਏਗਾ ਇਹ ਆਫਟਰ ਬਾਇਓਮੈਟ੍ਰਿਕ ਤੁਹਾਡੇ ਕਾਊਂਟ ਹੋਏਗਾ ਜੇਕਰ ਤੁਹਾਡੀ ਰਿਫਿਊਜ਼ਲ ਤੋਂ ਬਾਅਦ ਫਾਈਲ ਲੱਗੀ ਹੈ ਤਾਂ ਫਾਈਲ ਲੱਗਣ ਤੋਂ ਬਾਅਦ ਇਹ ਪ੍ਰੋਸੈਸਿੰਗ ਟਾਈਮ ਕਾਊਂਟ ਹੋਏਗਾ ਜੇਕਰ ਤੁਸੀਂ ਨਵੀਂ ਸਿਰੇ ਤੋਂ ਫਾਈਲਿੰਗ ਕੀਤੀ ਨਵੀਂ ਫਾਈਲਿੰਗ ਕੀਤੀ ਹੈ ਫਸਟ ਟਾਈਮ ਫਾਈਲਿੰਗ ਕਰ ਰਹੇ ਹੋ ਤਾਂ ਉਸ ਕੇਸ ਦੇ ਵਿੱਚ ਤੁਹਾਡਾ ਜਦੋਂ ਬਾਇਓਮੈਟ੍ਰਿਕ ਹੋ ਜਾਂਦੇ ਉਸ ਤੋਂ ਬਾਅਦ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਸ਼ੁਰੂ ਹੁੰਦਾ ਹੈ ਸੋ ਇਹਦੇ ਵਿੱਚ ਵਰਕਿੰਗ ਡੇਸ 카ਉਂਟ ਹੁੰਦੇ ਤੇ ਬਿਜ਼ਨਸ ਡੇਸ 카ਉਂਟ ਹੁੰਦੇ ਯਾਨੀ ਸੈਟਰਡੇ ਸੰਡੇ 카ਉਂਟ ਨਹੀਂ ਕੀਤਾ ਜਾਂਦਾ ਸੋ ਜੋ ਵੀ ਪ੍ਰੋਸੈਸਿੰਗ ਟਾਈਮ ਦੱਸਾਂਗਾ ਉਹਦੇ ਵਿੱਚ ਬਿਜ਼ਨਸ ਡੇਸ ਤੇ ਵਰਕਿੰਗ ਡੇਸ ਹੀ 카ਉਂਟ ਹੋਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਤੁਸੀਂ ਤੁਹਾਡੇ ਨਾਲ ਸੋ ਪਿੱਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਅਸੀਂ ਫ੍ਰੈਂਚ ਦੀਆਂ ਆਨਲਾਈਨ ਕਲਾਸਸ ਪ੍ਰੋਵਾਈਡ ਕਰਦੇ ਹਾਂ ਜੇਕਰ ਕੋਈ ਵੀ ਘੱਟ ਖਰਚੇ ਦੇ ਉੱਤੇ ਕੁਆਲਿਟੀ ਆਫ ਐਜੂਕੇਸ਼ਨ ਲੈਣਾ ਚਾਹੁੰਦਾ ਹੈ ਖਾਸ ਕਰਕੇ ਫ੍ਰੈਂਚ ਦੇ ਖਿੱਤੇ ਦੇ ਵਿੱਚ ਤਾਂ ਉਹ ਸਾਨੂੰ ਸੰਪਰਕ ਕਰ ਸਕਦਾ ਹੈ ਚੈਟ ਕਰਕੇ ਤੇ ਮੇਰੇ ਨਾਲ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਵੀਡੀਓ ਸ਼ੁਰੂ ਕਰਦੇ ਆ ਦਰਸਲ ਕੈਨੇਡਾ ਦੇ ਵਿੱਚ ਲਗਾਤਾਰ ਜਿਨ੍ਹਾਂ ਨੇ ਵੀ ਅਪਲੀਕੇਸ਼ਨ ਲਗਾਈ ਹੈ ਉਹ ਆਪਣੀ ਅਪਲੀਕੇਸ਼ਨ ਦਾ ਵੇਟ ਕਰ ਰਹੇ ਨੇ ਤੇ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਡੇ ਬਾਈ ਡੇ ਇਨਕਰੀਜ਼ ਹੁੰਦਾ ਜਾ ਰਿਹਾ ਹੈ ਪਹਿਲਾਂ ਆਪਾਂ ਵਿਜ਼ਿਟਰ ਤੇ ਟੂਰਿਸਟ ਵੀਜ਼ਾ ਤੋਂ ਇਸ ਦੀ ਸ਼ੁਰੂਆਤ ਕਰਦੇ ਆ ਇੰਡੀਆ ਤੋਂ ਆਪਾਂ ਸ਼ੁਰੂ ਕਰਾਂਗੇ ਇੰਡੀਆ ਦਾ ਪ੍ਰੋਸੈਸਿੰਗ ਟਾਈਮ 114 ਦਿਨ ਦਾ ਰਿਫਲੈਕਟ ਕਰ ਰਿਹਾ ਹੈ ਕੈਨੇਡਾ.ca ਯਾਨੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਬਟ ਜੇਕਰ ਪ੍ਰੈਕਟੀਕਲੀ ਆਪਾਂ ਜਾਣਦੇ ਆ ਤਾਂ 3 ਮਹੀਨੇ ਤਕਰੀਬਨ ਔਨ ਐਵਰੇਜ 3.5 ਮਹੀਨੇ ਤੁਹਾਡੇ ਰਿਜ਼ਲਟ ਨੂੰ ਲੱਗ ਰਹੇ ਨੇ ਕਿਸੇ ਕਿਸੇ ਕੇਸ ਦੇ ਵਿੱਚ 5-5 ਮਹੀਨੇ 6-6 ਮਹੀਨੇ ਵੀ ਤੁਹਾਡੇ ਰਿਜ਼ਲਟ ਨੂੰ ਲੱਗ ਜਾਂਦੇ ਨੇ ਜੇਕਰ ਤੁਸੀਂ ਫਾਈਲ ਕੈਨੇਡਾ ਦੇ ਲਈ ਅਪਲਾਈ ਕੀਤੀ ਆ ਬਹੁਤ ਘੱਟ ਹੀ ਕੇਸਸ ਆ ਜਿਹਦੇ ਵਿੱਚ ਤੁਹਾਡਾ ਰਿਜ਼ਲਟ अर्ਲੀ ਆ ਜਾਵੇ ਮਹੀਨੇ 2 ਮਹੀਨੇ ਚ ਆ ਜਾਵੇ ਬਹੁਤ ਘੱਟ ਕੇਸ ਅਜਿਹੇ ਨੇ ਜ਼ਿਆਦਾਤਰ ਕੇਸ ਜਿਹੜੇ ਆ ਉਹ ਤਕਰੀਬਨ 3 ਮਹੀਨੇ ਤੋਂ ਲੈ ਕੇ 5 ਮਹੀਨੇ ਜਾਂ 5.5 ਮਹੀਨੇ ਦੇ ਵਿੱਚਕਾਰ ਅਪਰੂਵ ਹੋ ਰਹੇ ਨੇ ਜਾਂ ਉਹਨਾਂ ਦੇ ਰਿਜ਼ਲਟ ਜਿਹੜੇ ਉਹ ਆ ਰਹੇ ਨੇ ਸੋ ਆਪਾਂ ਗੱਲ ਕਰ ਲਈਏ ਤਾਂ ਪਾਕਿਸਤਾਨ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ 21 ਦਿਨ ਦਾ ਸ਼ੋ ਕਰ ਰਿਹਾ ਕੈਨੇਡਾ.ca ਤੇ ਵਾਕਈ 1 ਮਹੀਨੇ ਦੇ ਵਿੱਚ ਵਿੱਚ ਜੇਕਰ ਤੁਸੀਂ ਪਾਕਿਸਤਾਨ ਤੋਂ ਫਾਈਲਿੰਗ ਕੀਤੀ ਹੈ ਤਾਂ ਤੁਹਾਡਾ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈ ਦੁਬਈ ਦਾ ਵੀ ਪ੍ਰੋਸੈਸਿੰਗ ਟਾਈਮ ਪਾਕਿਸਤਾਨ ਦੇ ਲੱਗੇ ਹੈ 28 ਦਿਨ ਦਾ ਪ੍ਰੋਸੈਸਿੰਗ ਟਾਈਮ ਹੈ ਤੇ 1.5 ਮਹੀਨੇ ਦੇ ਵਿੱਚ ਮੋਸਟ ਆਫ ਕੇਸਸ ਦੇ ਵਿੱਚ ਰਿਜ਼ਲਟ ਜਿਹੜਾ ਉਹ ਦੁਬਈ ਤੋਂ ਵੀ ਆ ਰਿਹਾ ਯੂਕੇ ਦਾ 274 ਦਿਨ ਦਾ ਪ੍ਰੋਸੈਸਿੰਗ ਟਾਈਮ ਹੈ ਬਹੁਤ ਘੱਟ ਕੇਸ ਨੇ ਜਾਂ ਕਹਿ ਸਕਦੇ ਹੋ ਸਿਰਫ 25-30% ਹੀ ਕੇਸ ਨੇ ਜਿਹੜੇ 2-3 ਮਹੀਨੇ ਚ ਅਪਰੂਵ ਹੋ ਰਹੇ ਨੇ ਤੇ ਇਸ ਤੋਂ ਜ਼ਿਆਦਾ ਟਾਈਮ ਜਿਹੜਾ ਉਹ ਅਪਲੀਕੇਸ਼ਨਸ ਲੈ ਰਹੀਆਂ ਨੇ ਯੂਕੇ ਵਾਸਤੇ ਸਿੰਗapore ਦਾ ਪ੍ਰੋਸੈਸਿੰਗ ਟਾਈਮ ਬਹੁਤ ਘੱਟ ਹੈ 10-12 ਦਿਨਾਂ ਚ ਵੀ ਸਿੰਗਾਪੁਰ ਤੋਂ ਵੀਜ਼ਾ ਆ ਰਿਹਾ ਤੇ 18 ਦਿਨ ਦਾ ਆਫੀਸ਼ੀਅਲ ਟਾਈਮ ਜਿਹੜਾ ਉਹ ਅਨਾਉਂਸ ਕੀਤਾ ਹੋਇਆ ਹੈ ਸਿੰਗਾਪੁਰ ਦੇ ਮੋਸਟਲੀ ਜਿੰਨੇ ਵੀ ਕਾਲ ਕਰਦੇ ਨੇ ਉਹਨਾਂ ਦਾ ਰਿਜ਼ਲਟ ਮੇਰੇ ਮੈਨੂੰ ਜਿੰਨਿਆਂ ਦੀ ਕਾਲ ਆਈ ਹੈ ਮੋਸਟਲੀ ਵਿਥਿਨ 15 ਟੂ 20 ਡੇਜ਼ ਦੇ ਵਿੱਚ ਆ ਰਿਹਾ ਹੈ ਫਿਲਹਾਲ ਦੀ ਗੱਲ ਉਸ ਤੋਂ ਬਾਅਦ ਆਸਟ੍ਰੇਲੀਆ ਦੀ ਗੱਲ ਕਰ ਲਈਏ 21 ਡੇਜ਼ ਦਾ ਟਾਈਮ ਸਿਰਫ ਲੱਗ ਰਾਇਆ ਨਹੀਂ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਜਿਹੜੇ ਆ ਉਹ ਆਸਟ੍ਰੇਲੀਆ ਤੋਂ ਵੀ ਆ ਰਹੇ ਆ ਆਸਟ੍ਰੇਲੀਆ ਤੋਂ ਥੋੜਾ ਘੱਟ ਕੁਐਰੀਜ਼ ਆਉਂਦੀਆਂ ਨੇ ਇਸ ਕਰਕੇ ਪ੍ਰੈਕਟੀਕਲੀ ਕੀ ਚੱਲ ਰਿਹਾ ਹੈ ਇਹ ਦੱਸਣਾ ਥੋੜਾ ਜਆ ਮੁਸ਼ਕਲ ਹੈਗਾ ਟੂਰਿਸਟ ਤੇ ਵਿਜ਼ਟਰ ਵੀਜ਼ਾ ਬਾਰੇ ਥੋੜਾ ਜਿਹਾ ਸਜੈਸਟ ਹੋਰ ਕਰਨਾ ਚਾਹਾਂਗਾ ਤੁਹਾਨੂੰ ਕਿ ਜੇਕਰ ਤੁਹਾਡਾ ਟੂਰ ਪਲਾਨ ਵਗੈਰਾ ਇਨ ਬਿਟਵੀਨ ਐਕਸਪਾਇਰ ਹੋ ਜਾਂਦਾ ਜਦੋਂ ਤੁਹਾਡੀ ਫਾਈਲ ਲੱਗੀ ਹੈ ਤਾਂ ਉਹਨੂੰ ਅਪਡੇਟ ਜ਼ਰੂਰ ਕਰ ਲਿਓ ਜੇਕਰ ਤੁਹਾਡਾ ਏਜੰਟ ਕਹਿੰਦਾ ਕਿ ਨਹੀਂ ਐਪਲੀਕੇਸ਼ਨ ਤੇ ਕੋਈ ਫਰਕ ਨਹੀਂ ਪੈਂਦਾ ਤੇ ਉੱਤੇ ਯਕੀਨ ਨਹੀਂ ਕਰਨਾ ਤੁਸੀਂ ਉਹਨੂੰ ਕਹਿਣਾ ਕਿ ਭਈ ਤੁਹਾਡਾ ਟੂਰ ਪਲਾਨ ਜਿਹੜਾ ਉਹਨੂੰ ਐਕਟਿਵ ਕੀਤਾ ਜਾਵੇ ਜੇਕਰ ਤੁਹਾਡਾ ਹੋਟਲ ਵਗੈਰਾ ਜਿਹੜਾ ਉਹ ਐਕਸਪਾਇਰ ਹੋ ਗਿਆ ਤਾਂ ਉਹਨੂੰ ਵੀ ਜਰੂਰ ਅਪਡੇਟ ਕਰੋ ਜੇ ਨਹੀਂ ਅਪਡੇਟ ਕਰਦੇ ਤੇ ਤੁਹਾਡਾ ਵੀਜ਼ੇ ਦੇ ਉੱਤੇ ਇੰਪੈਕਟ ਪੈ ਸਕਦਾ ਹੈ ਉਸ ਤੋਂ ਬਾਅਦ ਆ ਜਾਣੇ ਵਰਕ ਪਰਮਿਟ ਦੇ ਕੇਸ ਦੇ ਵਿੱਚ ਵਰਕ ਪਰਮਿਟ ਦਾ 28 ਵੀਕ ਦਾ ਟਾਈਮ ਇੰਡੀਆ ਤੋਂ ਲੱਗ ਰਿਹਾ ਹੈ ਜਿਹੜੀਆਂ ਐਪਲੀਕੇਸ਼ਨ ਪ੍ਰੋਰੀਟਾਈਜ਼ ਕੀਤੀਆਂ ਗਈਆਂ ਨੇ ਉਹਨਾਂ ਦਾ ਰਿਜ਼ਲਟ ਜਿਹੜਾ ਉਹ ਤਿੰਨ ਇੱਕ ਮਹੀਨੇ ਦੇ ਵਿੱਚ ਵਿੱਚ ਸਾਢੇ ਤਿੰਨ ਚਾਰ ਮਹੀਨੇ ਦੇ ਵਿੱਚ ਵਿੱਚ ਆ ਜਾਂਦਾ ਨਹੀਂ ਤੇ ਮੋਸਟ ਆਫ ਐਪਲੀਕੇਸ਼ਨ ਜਿਹੜੀਆਂ ਉਹ ਤਕਰੀਬਤ ਤਕਰੀਬਨ 6 ਮਹੀਨੇ ਜਾਂ 7 ਮਹੀਨੇ ਦਾ ਟਾਈਮ ਜਿਹੜੀਆਂ ਉਹ ਲੈ ਰਹੀਆਂ ਨੇ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਹੈ ਉਹ ਤਕਰੀਬਨ 4 ਮਹੀਨੇ ਦੇ ਵਿੱਚ ਵਿੱਚ ਅਪਲੀਕੇਸ਼ਨ ਜਿਹੜੀਆਂ ਮੋਸਟ ਆਫ ਅਪਰੂਵ ਹੋ ਰਹੀਆਂ ਨੇ ਉਸ ਤੋਂ ਬਾਅਦ ਪਾਕਿਸਤਾਨ ਤੋਂ 19 ਵੀਕ ਦਾ ਟਾਈਮ ਲੱਗ ਰਿਹਾ ਹੈ 23 ਵੀਕ ਦਾ ਟਾਈਮ ਯੂਏ ਯਾਨੀ ਦੁਬਈ ਤੋਂ ਲੱਗ ਰਿਹਾ ਹੈ ਯੂਕੇ ਤੋਂ 14 ਵੀਕ ਦਾ ਟਾਈਮ ਲੱਗ ਰਿਹਾ ਆਸਟ੍ਰੇਲੀਆ ਤੋਂ 11 ਵੀਕ ਦਾ ਟਾਈਮ ਲੱਗ ਰਿਹਾ ਸਿੰਗਾਪੁਰ ਤੋਂ 14 ਵੀਕ ਦਾ ਟਾਈਮ ਲੱਗ ਰਿਹਾ ਜੇਕਰ ਤੁਸੀਂ ਕੈਨੇਡਾ ਦੇ ਲਈ ਅਪਲੀਕੇਸ਼ਨ ਕੀਤੀ ਹੈ ਵਰਕ ਪਰਮਿਟ ਦੇ ਲਈ ਉਸ ਤੋਂ ਬਾਅਦ ਆ ਜਾਂਦੇ ਆ ਸਟੱਡੀ ਵੀਜ਼ਾ ਦੇ ਕੇਸ ਦੇ ਵਿੱਚ 8 ਵੀਕ ਦਾ ਟਾਈਮ ਇੰਡੀਆ ਤੋਂ ਲੱਗ ਰਿਹਾ ਹੈ ਤੇ ਵਾਕਈ 1 ਮਹੀਨੇ ਦੇ ਵਿੱਚ ਵਿੱਚ ਮੋਸਟ ਆਫ ਰਿਜ਼ਲਟ ਆ ਜਾਂਦੇ ਨੇ ਤੇ ਆ ਕੁਝ ਕੁ ਰਿਜ਼ਲਟ ਜਿਹੜੇ ਨੇ ਉਹ 1.5 ਮਹੀਨੇ ਤੋਂ ਜ਼ਿਆਦਾ ਟਾਈਮ ਲੈ ਰਹੇ ਨੇ ਨਹੀਂ ਤੇ ਜ਼ਿਆਦਾਤਰ ਅਪਲੀਕੇਸ਼ਨ ਜਿਹੜੀਆਂ ਉਹ ਮਹੀਨੇ ਡੇਢ ਮਹੀਨੇ ਚ ਅਪਰੂਵ ਹੋ ਗਈਆਂ ਨੇ ਉਦੋਂ ਬਾਅਦ ਆ ਜਾਂਦੇ ਪਾਕਿਸਤਾਨ 12 ਵੀਕ ਦਾ ਟਾਈਮ ਲੱਗ ਰਿਹਾ ਹੈ ਤੇ ਸੁਪਰ ਵੀਜ਼ਾ ਦੀ ਜ਼ਿਕਰ ਕਰ ਲਈਏ ਤੇ ਇੰਡੀਆ ਤੋਂ 118 ਦਿਨ ਦਾ ਟਾਈਮ ਲੱਗ ਰਿਹਾ ਹੈ ਨਹੀਂ ਵਿਜ਼ਟਰ ਵੀਜ਼ਾ ਤੋਂ ਵੀ ਜ਼ਿਆਦਾ ਟਾਈਮ ਲੱਗ ਰਿਹਾ ਹੈ ਜੇਕਰ ਤੁਹਾਡਾ ਮੈਡੀਕਲ ਵਗੈਰਾ ਦੁਬਾਰਾ ਮੰਗ ਲਿਆ ਜਾਵੇ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ ਰਿਜ਼ਲਟ 6 ਤੋਂ 7 ਮਹੀਨੇ ਵੀ ਲੈ ਸਕਦਾ ਹੈ ਬਟ ਜੇਕਰ ਤੁਹਾਡੀ ਨਾਰਮਲ ਅਪਲੀਕੇਸ਼ਨ ਅਪਰੂਵ ਹੋ ਰਹੀ ਹੈ ਤਾਂ 4 ਕੁ ਮਹੀਨੇ ਦੇ ਵਿੱਚ ਵਿੱਚ 50% ਕੇਸ ਅਪਰੂਵ ਹੋ ਜਾ ਰਹੇ ਨੇ ਤੇ ਬਾਕੀ ਰਿਜ਼ਲਟ ਜਿਹੜੇ ਆ ਉਹ ਤਕਰੀਬਨ ਆ 5 ਕੁ ਮਹੀਨੇ ਤੱਕ 5.5 ਮਹੀਨੇ ਤੱਕ ਜਾ ਰਹੇ ਨੇ ਪਰ ਜੇ ਰੀ ਐਗਜ਼ਾਮੀਨੇਸ਼ਨ ਵਾਸਤੇ ਤੁਹਾਨੂੰ ਮੈਡੀਕਲ ਵਾਸਤੇ ਬੁਲਾਇਆ ਜਾਂਦਾ ਤਾਂ 7-8 ਮਹੀਨੇ ਵੀ ਤੁਹਾਨੂੰ ਲੱਗ ਸਕਦੇ ਪਾਕਿਸਤਾਨ ਤੋਂ 131 ਦਿਨ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਸ਼ੋਅ ਕਰ ਰਿਹਾ ਹੈ ਹੁਣ ਜੇਕਰ ਤੁਸੀਂ ਅਪਲੀਕੇਸ਼ਨ ਲਗਾਈ ਹੈ ਤੁਹਾਡਾ ਪ੍ਰੋਸੈਸਿੰਗ ਟਾਈਮ ਦੇ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਅਰ ਰਿਜ਼ਲਟ ਹੈ ਉਹ ਜ਼ਿਆਦਾ ਡਿਲੇ ਹੋ ਰਿਹਾ ਹੈ ਤਾਂ ਤੁਸੀਂ ਵੈਬ ਫਾਰਮ ਵਗੈਰਾ ਰੇਜ਼ ਕਰ ਸਕਦੇ ਹੋ ਜੇਕਰ ਪ੍ਰੋਸੈਸਿੰਗ ਟਾਈਮ ਦੇ ਵਿਦਿਨ ਹੈ ਤਾਂ ਤੁਸੀਂ ਵੈਬ ਫਾਰਮ ਵਗੈਰਾ ਰੇਜ਼ ਨਹੀਂ ਕਰਨਾ ਹੈਗਾ ਜਸਟ ਵੇਟ ਕਰਨੀ ਹੈ ਕਿ ਤੁਹਾਡਾ ਰਿਜ਼ਲਟ ਕਦੋਂ ਆਵੇ ਉਮੀਦ ਕਰਦਾ ਹਾਂ ਵਲੋਗਸ ਹੰਦਾ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸ ਨਾਟਸ ਓਪ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਫ੍ਰੈਂਚ ਦੀਆਂ ਜੇਕਰ ਆਨਲਾਈਨ ਕਲਾਸਿਸ ਲਗਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਫ੍ਰੈਂਚ ਕੁਆਲਿਟੀ ਆਫ এডੂਕੇਸ਼ਨ ਪ੍ਰੋਵਾਈਡ ਕਰਦੇ ਹਾਂ ਬਹੁਤ ਘੱਟ ਖਰਚੇ ਦੇ ਵਿੱਚ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਾਂ ਸ਼ੇਅਰ ਕਰੋ ਧੰਨਵਾਦ